ਹੁਣ ਬਚ ਕੇ ਰਹੋ ਆਵਾਰਾ ਪਸ਼ੂਆਂ ਤੋਂ। ਸੜਕ ਤੇ ਜਾਂਦੇ ਬਜ਼ੁਰਗ ਨੂੰ ਚੁੱਕਿਆ ਸਿੰਘਾਂ ਤੇ, ਵੇਖੋ ਕਿਵੇਂ ਕਰ ਦਿੱਤਾ ਬਜ਼ੁਰਗ ਨੂੰ ਜ਼ਖਮੀ। ਸੜਕਾਂ ਤੇ ਜਾਂਦੇ ਜਿੱਥੇ ਲਾਪਰਵਾਹ ਚਾਲਕਾਂ ਤੋਂ ਬਚ ਕੇ ਰਹਿਣਾ ਪੈਂਦਾ ਹੈ, ਉੱਥੇ ਹੀ ਆਵਾਰਾ ਪਸ਼ੂਆਂ ਤੋਂ ਵੀ ਸੁਚੇਤ ਰਹਿਣਾ ਬੜਾ ਜ਼ਰੂਰੀ ਹੈ, ਕਿਉਂਕਿ ਇਹ ਕਿਸ ਵੇਲੇ ਗੁੱਸੇ ਦੇ ਵਿੱਚ ਆ ਕੇ ਤੁਹਾਡਾ ਨੁਕਸਾਨ ਕਰ ਦੇਣ ਤੁਹਾਨੂੰ ਪਤਾ ਹੀ ਨਹੀਂ ਚੱਲਦਾ। ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸੜਕ ਤੇ ਇੱਕ ਬਜ਼ੁਰਗ ਜਾ ਰਿਹਾ ਸੀ ਤਾਂ ਉਸਦੇ ਅੱਗੇ ਇੱਕ ਆਵਾਰਾ ਪਸ਼ੂ ਖੜਾ ਸੀ ਜੋ ਕਿ ਉਸਦੇ ਅੱਗੇ ਆ ਰਿਹਾ ਸੀ, ਤਾਂ ਅਚਾਨਕ ਉਹ ਬਜ਼ੁਰਗ ਤੇ ਹਮਲਾ ਕਰ ਦਿੰਦਾ ਤੇ ਉਸਨੂੰ ਆਪਣੇ ਸਿੰਘਾਂ ਤੇ ਚੁੱਕ ਲੈਂਦਾ। ਹਾਲਾਂਕਿ ਬਜ਼ੁਰਗ ਦੇ ਵੱਲੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਪਸ਼ੂ ਦੇ ਵੱਲੋਂ ਬਜ਼ੁਰਗ ਨੂੰ ਹੇਠਾਂ ਸੁੱਟ ਕੇ ਜ਼ਖਮੀ ਕਰ ਦਿੱਤਾ ਗਿਆ। ਮੌਕੇ ਤੇ ਮਹਿਲਾ ਦੇ ਵੱਲੋਂ ਰੋਲਾ ਪਾਇਆ ਗਿਆ, ਜਿਸ ਤੋਂ ਬਾਅਦ ਆਸ ਪਾਸ ਦੇ ਲੋਕ ਬਾਹਰ ਆਏ ਤੇ ਇਸ ਪਸ਼ੂ ਨੂੰ ਮੌਕੇ ਤੋਂ ਭਜਾਇਆ ਜਾਂਦਾ, ਜਿਸ ਕਰਕੇ ਇਸ ਬਜ਼ੁਰਗ ਦੀ ਜਾਨ ਵਾਲ ਵਾਲ ਬਚਦੀ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਨੇ ਨੱਕ ਦੇ ਵਿੱਚ ਦਮ ਕਰ ਰੱਖਿਆ, ਤਾਂ ਇਹਨਾਂ ਦੇ ਵੱਲੋਂ ਪਹਿਲਾਂ ਵੀ ਕਈ ਲੋਕਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਸੀ, ਅਤੇ ਹੁਣ ਲੋਕਾਂ ਦੇ ਵੱਲੋਂ ਆਵਾਰਾ ਪਸ਼ੂਆਂ ਤੋਂ ਨਿਜ਼ਾਤ ਪਾਉਣ ਦੇ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ। ਕਿੱਥੇ ਨੂੰ ਮੈਂ ਆ ਰਿਹਾ ਸੀ ਸੈਰ ਕਰਕੇ, ਬਸ ਉਹ ਲੰਘਣ ਲੱਗਾ ਥੋੜ੍ਹਾ ਜਿਹਾ, ਮੇਰੇ ਕਹਿੰਦੇ ਉਹ ਖੇਡ ਟੱਕਰ ਮਾਰੀ, ਬਹੁਤ ਬੜਾ ਜ਼ਖਮ ਲੱਗਤਾ ਜੀ। ਕਿੰਨੇ ਟਾਈਮ ਹੋ ਗਏ ਤੁਹਾਨੂੰ ਲੱਗੇ ਦੇ? ਮੰਜਿਤ ਬੇ ਨੂੰ ਤਾਂ ਨਹੀਂ ਮਿਲ ਰਹੀ, ਕਿੰਨੇ ਪੈਸੇ ਲੱਗ ਸਕਦੇ ਨੇ? 40,000 ਰੁਪਇਆ ਲੱਗ ਗਿਆ ਜੀ। ਨਾ ਜੀ ਕੋਈ ਧਿਆਨ ਦੇ, ਨਾ ਕੋਈ ਕਰ ਮੇਰੇ ਪਾਸ ਕੋਈ ਨਹੀਂ ਧਿਆਨ ਦੇ ਰਹੇ, ਨਾ ਕਮੇਟੀ ਧਿਆਨ ਦੇ ਰਹੀ ਹੈ, ਕੋਈ ਚੀਜ਼ ਧਿਆਨ ਨਹੀਂ ਦੇ ਰਹੇ। ਮੰਗ ਤਾਂ ਅਸੀਂ ਕੀ ਕਰਦੇ ਹਾਂ ਜੀ, ਮੰਗ ਤਾਂ ਦੇਵੇ ਹੀ ਆਈ ਭੱਤਣ ਬੜਾ, ਹੁਣ ਤੁਹਾਡਾ ਕੋਈ ਨਾ ਹੋ ਗਿਆ ਤਾਂ ਲਾਉਣ। ਹਾਂਜੀ ਹਾਂਜੀ, ਮੈਂ ਨਾ ਹਫ਼ਤਾ ਕੁ ਹੋ ਗਿਆ ਇੱਧਰੋਂ ਆ ਰਹੀ ਸੀ ਚਰਨਜੀਤ ਤੋਂ ਅੱਗੇ ਦੀ ਗਲੀ 'ਚ, ਬਾਈਕ ਤਾਂ ਜਿਹੜੀ ਚੜਾਈ ਜਾ ਰਹੀ ਹੈ, ਅਤੇ ਉੱਥੇ ਉਹ ਇੱਕ ਬਾਈਕ ਨੂੰ ਟੱਕਰ ਲੱਗਾ ਸੀ ਮਾਰਨ, ਅਤੇ ਮੈਂ ਗੱਡੀ ਦੇ ਪਿੱਛੇ ਲੁਕ ਗਈ, ਨਹੀਂ ਤਾਂ ਉਹਨੇ ਮੈਨੂੰ ਵੀ ਚੱਕ ਦੇਣ ਸੀ। ਆਪਣੀ ਗਲੀ 'ਚ ਵੀ ਆਉਂਦਾ 8 ਨੰਬਰ ਗਲੀ 'ਚ ਉਹ, ਉਸ ਦਿਨ ਮੈਨੂੰ ਕੁੜੀ ਨੇ ਆਵਾਜ਼ ਮਾਰ ਕੇ ਅੰਦਰ ਗੇਟ 'ਤੇ, ਮੈਂ ਦੋਨੇ ਲੜਦੇ ਪਏ, ਜਿਹੜੇ ਗਊ ਸੀ ਅਤੇ ਧੱਖਾ ਸੀਗਾ, ਬਲੈਕ ਕਲਰ ਦਾ ਆ, 2 ਸ਼ੇਡੀ ਆ, ਉਹ ਮਾਰ ਗਏ। ਹਾਂਜੀ ਹਾਂਜੀ, ਰਾਤ ਨੂੰ ਵੀ ਉੱਚੀ 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 ਰਾਤ ਨੂੰ ਇੰਨੀ ਆਵਾਜ਼ਾਂ ਦਿੰਦਾ ਆ ਉਹ, ਜਦੋਂ 10-11 ਵਜੇ ਹੁੰਦੇ ਨੇ। ਮੈਂ ਤਾਂ ਉਸ ਦਿਨ ਉਹਨਾਂ ਦੇ ਘਰੇ ਲੁਕ ਗਈ, ਉਹ ਦੱਗਾ ਬਾਅਦ ਗੱਡੀ ਦੇ ਪਿੱਛੇ ਲੁਕ ਗਈ ਮੈਂ। ਜਸਪਾਲ ਕਲੋਨੀ ਗੁਰਦੁਆਰਾ ਸਾਹਿਬ ਤੋਂ ਨੇੜੇ ਬੋਲ ਰਹੇ ਹਾਂ, ਤੇ ਅਸੀਂ ਬੜੀ ਕੋਸ਼ਿਸ਼ ਕਰੀ ਆ ਫੜਨ ਦੀ, 5-7 ਅਸੀਂ ਫੜੇ ਵੀ ਨੇ, ਉਹਨਾਂ 'ਚੋਂ 4 ਡੱਠੇ ਚਲੋ ਅਸੀਂ ਫੜਾਏ ਨੇ, ਇੱਕ ਸਾਡਾ ਫੇਰ ਵੀ ਉਹ ਕਿਤੇ ਰਸਤੇ 'ਚ ਮੁੜਿਆ ਆ, ਅਤੇ ਜਿਹੜੇ ਇਹ ਡੱਠੇ ਨੇ ਇਹ ਬਹੁਤ ਜ਼ਿਆਦਾ ਮਾਰ ਰਹੇ ਨੇ, ਅਤੇ ਅਜੇ ਵੀ ਬੰਦੇ ਘਰਾਂ 'ਚ ਹੋਸਪਿਟਲ 'ਚੋਂ ਛੁੱਟੀ ਹੋਈ ਆ, ਉਹਨਾਂ ਨੂੰ ਕਈਆਂ ਦੇ ਚੱਲ 50,000 ਰੁਪਈਆ ਲੱਗ ਗਿਆ ਜੀ, ਉਹ ਅਜੇ ਆਪਦੇ ਘਰੇ ਪਏ ਨੇ। ਇੱਕ ਰਾਜਵਿੰਦਰ ਸਿੰਘ ਫੌਜੀ ਸੀ, ਉਹਨੂੰ ਢੱਠੇ ਨੇ ਚੰਗੀ ਤਰ੍ਹਾਂ ਢਾਹ ਲਿਆ, ਉੱਥੇ ਢਾਹ ਕੇ ਉਹਦੇ ਟੱਕਰਾਂ ਮਾਰੀਆਂ, ਪਬਲਿਕ ਨੇ ਉਹਨੂੰ ਛੁਡਵਾਇਆ ਉੱਥੇ ਆ ਕੇ ਜੀ। ਹੋਰ ਵੀ ਕਈ ਇੱਥੇ ਇੱਕ ਕਨੈਕਟਰ ਆ, ਉਹਦੇ ਵੀ ਟੱਕਰ ਮਾਰੀ, ਪਿੱਛੋਂ 2 ਵਾਰੀ ਟੱਕਰ ਮਾਰ ਕੇ ਸਿੱਟਿਆ। ਇੱਕ ਬਜ਼ੁਰਗਾ 3 ਨੰਬਰ ਗਲੀ ਵਿੱਚ, ਉਹਦੇ ਵੀ ਅਸੀਂ ਦੇਖਿਆ, ਉਹਦੇ ਵੀ ਸਿੰਘ ਮਾਰਿਆ ਹੋਇਆ ਸੀ ਕਾਫੀ ਦੂਰ ਤੱਕ। ਹੋਰ ਵੀ ਇੱਥੇ ਕਈ ਇਹੋ ਜਿਹੇ ਛੋਟੇ ਮੋਟੇ ਹੈਗੇ ਨੇ ਜਿਨ੍ਹਾਂ ਨੇ ਟੱਕਰਾਂ ਮਾਰੀਆਂ ਨੇ, ਤੁਸੀਂ ਉਹਦੇ ਲਮੋਂ ਦੀ ਢੱਠੇ ਦੇ ਲੰਘ ਨਹੀਂ ਸਕਦੇ ਵੀ ਉਹ ਐਡਾ ਖਤਰਨਾਕ ਆ, ਢੱਠਾ ਬਹੁਤ ਜ਼ਿਆਦਾ ਖਤਰਨਾਕ ਆ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੇ ਇਹ ਢੱਠੇ ਨੇ ਇੱਥੋਂ ਲੈ ਕੇ ਕਿਸੇ ਹੋਰ ਜਗ੍ਹਾ 'ਤੇ ਕਿਸੇ ਗਊਸ਼ਾਲਾ 'ਚ ਛੱਡੇ ਜਾਣ, ਤਾਂ ਕਿ ਬਚਤ ਹੋ ਸਕੇ। ਨਹੀਂ ਤਾਂ ਇਹਨਾਂ ਦਾ ਸਾਨੂੰ ਇਹ ਖਤਰਾ ਵੀ ਕਿਸੇ ਬੰਦੇ ਨੂੰ ਮਾਰ ਵੀ ਸਕਦੇ, ਮਾਰ ਚਾਹੇ ਕਿਸੇ ਗਊਸ਼ਾਲਾ 'ਚ ਲੈ ਕੇ ਜਾਣ, ਚਾਹੇ ਕਿਤੇ ਹੋਰ ਛੱਡਣ ਜਾ ਕੇ ਇਹਨਾਂ ਨੂੰ ਇੱਥੋਂ ਦੂਰ ਲਿਜਾ ਕੇ ਛੱਡਿਆ ਜਾਵੇ। ਇੱਥੇ ਐਕਸੀਡੈਂਟ ਜੀ ਇਕੱਠੇ ਹੀ ਬਹੁਤ ਫਿਰਦੇ ਨੇ ਜੀ, ਅਤੇ ਐਕਸੀਡੈਂਟ 5-7 ਐਕਸੀਡੈਂਟ ਕਿਸੇ ਜ਼ਰੂਰ ਹੋਏ ਨੇ ਜੀ, ਅਤੇ ਇੱਦਾਂ ਹੀ ਤਾਂ ਹਾਲਤ ਬਹੁਤ ਖਰਾਬ ਕਰੀ ਢੱਠਿਆਂ ਨੇ, ਉਹ ਜਾ ਕੇ ਆਪਣੇ ਹਸਪਤਾਲ ਜਾ ਕੇ ਕਿ 40-40-30,000 ਰੁਪਏ ਲੱਗਿਆ ਹੁੰਦਾ। ਪੈਸੇ ਢਾਲ ਕੇ ਇਕੱਠੇ ਕਰੇ ਸੀ ਪੈਸੇ, ਉਦੋਂ ਬਾਅਦ ਅਸੀਂ 4 ਕੁ ਡੰਗਰ ਚੁਕਾਏ, ਅਤੇ ਉਦੋਂ ਬਾਅਦ ਹੋਰ ਡੰਗਰ ਬਹੁਤ ਫਿਰਦੇ ਨੇ ਜੀ, ਜਿਹੜੇ ਕਿ ਜ਼ਿਆਦਾ ਹਾਨੀਕਾਰਕ ਕਹਿੰਦੇ ਤਾਂ ਆਪਣੇ ਵੀ ਖੁਖਾਰ ਨੇ, ਜ਼ਿਆਦਾ ਬੱਚੇ ਨੂੰ ਦੇਖਦੇ ਹੋ, ਬੁੜੇ ਨੂੰ ਦੇਖਦੇ, ਟੱਕਰ ਮਾਰਨ ਦੀ ਗੱਲ। ਉਹ ਆਪਣੇ ਪਹਿਲਾਂ ਤਾਂ ਇੱਥੇ ਸਾਡੇ 7 ਨੰਬਰ ਗਲੀ 'ਚ ਹੈ ਜੀ, ਉਹਨਾਂ ਦਾ ਨਾਮ ਹੈ ਜੀ ਫੌਜੀ ਕਰਕੇ ਜਾਣਦੇ ਨੇ,
ਤੇ ਉਹਦੇ ਅੱਗਾ ਦੇ ਹਾਲਤ ਸਿਰ ਚ ਮਾਰੀ ਟੱਕਰ ਸੀ ਉਹਦੇ ਸਿਰ ਚੱਕਰ ਮਾਰੀ ਉਹ ਬੰਦਾ ਫਿਰ ਪਿਆ ਰਿਹਾ ਉੱਠਿਆ ਨਹੀਂ ਹੈਗਾ ਉਹ ਟੱਕਰਾਂ ਮਾਰੀ ਗਿਆ ਉੱਠਿਆ ਨਹੀਂ ਫਿਰ ਬਾਂਗਰੋ ਬੰਦੇ ਆਏ ਉਹਨਾਂ ਨੇ ਤਾਂ ਰੋੜੇ ਮਾਰੇ ਤਾਂ ਉਹ ਛੱਡੇ ਜਾਨ ਵੀ ਲੈ ਸਕਦੀ ਉਹ ਫਿਰ ਖੂਨ ਉਹ ਖੂਨ ਬੀਹੀ ਜਦ ਖੂਨ ਬਹੁਤ ਖਿੰਡਿਆ ਜੀ ਉੱਥੇ ਮਾਰਿਆ ਟੱਕਰ ਉੱਥੇ ਖੂਨ ਬਹੁਤ ਖਿੰਡਿਆ ਜੀ ਫਿਰ ਲੋਕਾਂ ਲੈ ਕੇ ਛਡਾਇਆ ਉਹਨਾਂ ਦਾ ਅਸੀਂ ਨਾ ਮੈਨੇਜਮੈਂਟ ਇਹ ਕੀਤੀ ਹੈ ਅਸੀਂ ਇੱਕ ਨਵੀਂ ਗਊਸ਼ਾਲਾ ਨਾਲ ਐਗਰੀਮੈਂਟ ਕੀਤਾ ਅਸੀਂ ਉਹਨਾਂ ਨੂੰ ਪਰ ਗਊ ਕੁਛ ਚਾਰਜ ਦੇਵਾਂਗੇ ਉਹਦੇ ਅਕੋਰਡਿੰਗ ਵੀ ਸਾਡੇ ਕੋਲ ਥੋੜ੍ਹੀ ਜਿਹੀ ਕੋ ਕੈਚਰ ਦੀ ਘਾਟ ਹੈ ਉਹ ਜਿਹੜੀ ਗਊਸ਼ਾਲਾ ਆਪ ਹੀ ਫੜੂਗੀ ਜਸਟ ਸਭ ਤੋਂ ਕੋ ਕੈਚਰ ਲਈ ਹੁਣ ਅਸੀਂ ਆਉਣ ਵਾਲੀ 11ਵੇਂ ਮਹੀਨੇ 'ਚ ਪੰਨੀ ਪਿੰਡ ਦੇ ਵਿੱਚ ਕੋ ਕੈਚਰ ਖਰੀਦ ਲਵਾਂਗੇ ਅਤੇ ਮੀਨ ਟਾਈਮ ਆਪਣਾ ਕੰਮ ਹੈ ਜਿਹੜਾ 11ਵੇਂ ਮਹੀਨੇ 'ਚ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਚੁਕਾ ਦਾਂਗੇ ਕੋ ਕੈਚਰ ਖਰੀਦੀ ਉਸ ਤੋਂ ਬਾਅਦ ਸਟਿੱਲ ਅਸੀਂ ਰਾਜਪੁਰੇ ਤੋਂ ਕੋ ਕੈਚਰ ਲੈ ਲਵਾਂਗੇ ਦਿਵਾਲੀ ਤੋਂ ਬਾਅਦ ਆਪਾਂ ਨੂੰ ਇੱਕ ਦੋ ਦਿਨ ਜਾਂ ਹਫ਼ਤੇ ਲਈ ਅਸੀਂ ਲੈ ਕੇ ਹਫ਼ਤੇ ਦੇ ਵਿੱਚ ਸਾਡੇ ਜਿੰਨੇ ਵੱਧ ਤੋਂ ਵੱਧ ਹੋਏ ਅਸੀਂ ਇੱਕ ਟੀਮ ਬਣਾ ਕੇ ਉਹਨਾਂ ਨੂੰ ਚੱਕ ਲਵਾਂਗੇ ਸਾਰਿਆਂ ਨੂੰ ਉਹ ਗਊਸ਼ਾਲਾ ਨਹੀਂ ਦੇ ਦੇਵਾਂਗੇ ਨਗਰ ਕੌਂਸਲ ਕਰੂਗੀ।